1,50,000 ਕਰੋੜ ਰੁਪਈਆ ਤਾਂ ਜਿਹੜਾ ਦੇਸ਼ ਲਈ ਦਿੱਤਾ, ਜਿਹੜੇ ਕਹਿੰਦੇ ਆ ਨਾ ਦਿੱਤਾ ਨਹੀਂ, ਉਹ ਮੈਂ ਜਾ ਕੇ ਅਜੇ ਪ੍ਰੈਸ ਕਾਨਫਰੰਸ ਉਹਦੇ ਬਾਰੇ ਅੱਜ ਪਟਿਆਲੇ ਰੱਖੀ ਹੈ, ਵੀ ਕੌਣ ਦੱਸੂਗਾ ਉੱਥੇ ਜਾ ਕੇ ਵੀ ਪੰਜਾਬ ਲਈ ਕਿਹੜੀਆਂ ਨਵੀਆਂ ਸਕੀਮਾਂ ਚਾਹੀਦੀਆਂ, ਤੁਸੀਂ ਬਾਰਡਰ ਜ਼ਿਲ੍ਹਿਆਂ ਲਈ ਕੀ ਚਾਹੁੰਦੇ ਹੋ, ਕੀ ਤੁਸੀਂ ਉੱਥੇ ਫਸਲ ਦੀ ਵਿਭਿੰਨਤਾ ਕਰਨਾ ਚਾਹੁੰਦੇ ਹੋ, ਕੋਈ ਤਾਂ ਜਾ ਕੇ ਦੱਸੋਗੇ, ਉਹ ਉਹਨਾਂ ਨੂੰ ਆਪਣੇ ਆਪ ਸੁਪਨੇ ਆਉਂਦੇ ਆ, ਚੁੱਪ ਕਰਕੇ ਇਹ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਬਾਈਕਾਟ ਕੀਤਾ, ਅਸੀਂ ਨਹੀਂ ਜਾਣਾ ਮੀਟਿੰਗ 'ਚ। ਹੁਣ ਮੈਨੂੰ ਦੱਸੋ ਫਿਰ ਇਹ ਸਰਕਾਰ ਬਣਾਈ ਕਾਹਦੇ ਲਈ, ਆਪਣੇ ਕੋਲ ਧੇਲਾ ਨਹੀਂ ਗਾ, ਹੁਣ ਪੈਸਾ ਆਪਾਂ ਹੋਰ ਕਿੱਥੋਂ ਸੈਂਟਰ ਤੋਂ ਹੀ ਲਵਾਂਗੇ, ਅਤੇ ਸੈਂਟਰ ਦੇ ਕੋਲ ਆਪਾਂ ਜਾਣਾ ਨਹੀਂ ਗਾ ਕਿਉਂਕਿ ਕੇਜਰੀਵਾਲ ਜੇਲ੍ਹ 'ਚ ਆ। ਵੀ ਕੇਜਰੀਵਾਲ ਜੇਲ੍ਹ 'ਚ ਆ ਤਾਂ ਸਾਰਾ ਪੰਜਾਬ ਥੋੜ੍ਹੀ ਤੁਸੀਂ ਮਰਾ ਦੇਣਾ, ਇਹਦਾ ਮਤਲਬ ਇਹ ਆ ਵੀ ਆਪ ਉਹ ਪੈਸਾ ਮਿਸਯੂਜ਼ ਕੀਤਾ ਹੋਇਆ, ਉਹ ਪੈਸਾ ਜਿਹੜਾ ਇਹ ਖੁਰਦ ਬੁਰਦ ਕੀਤਾ ਹੋਇਆ, ਇਸ ਕਰਕੇ ਉਹਨਾਂ ਕੋਲ ਜਾਂਦੇ ਨਹੀਂ, ਉਹਨਾਂ ਤੋਂ ਟਲਦੇ ਆ, ਲੁਕਦੇ ਆ। ਜਿੰਨਾ ਵੀ ਪੈਸਾ ਸੈਂਟਰ ਦਾ ਆਇਆ ਉਹ ਇਹਨਾਂ ਨੇ ਖੁਰਦ ਬੁਰਦ ਕਰਕੇ ਇਲੈਕਸ਼ਨਾਂ ਲਈ ਵਰਤ ਲਏ, ਆਪਣੇ ਲੋਕਾਂ ਨੂੰ ਕਿਤੇ ਨਾ ਕਿਤੇ ਇੱਧਰ ਉੱਧਰ ਦੇਤਾ। ਪੰਜਾਬ ਦੀ ਸਰਕਾਰ ਨੇ ਕੇਂਦਰ ਵੱਲੋਂ ਦਿੱਤਾ ਗਿਆ ਫੰਡ ਕੀਤਾ ਮਿਸਯੂਜ਼, ਇਸ ਲਈ ਉਹ ਕੇਂਦਰ ਸਰਕਾਰ ਤੋਂ ਗੱਲ ਕਰਨ ਲਈ ਬਚਦੇ ਫਿਰਦੇ ਨੇ। ਇਹ ਕਿਹਾ ਕੇਂਦਰੀ ਰੇਲ ਮੰਤਰੀ ਰਵਨੀਤ ਬਿੱਟੂ ਨੇ, ਜਿਨ੍ਹਾਂ ਨੇ ਕੇਂਦਰੀ ਫੰਡ ਮਾਮਲੇ ਤੇ ਪੰਜਾਬ ਨੂੰ ਘੇਰਿਆ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੇਂਦਰ ਨੂੰ ਸੁਪਨੇ ਆਉਂਦੇ ਨੇ ਕਿ ਪੰਜਾਬ ਨੂੰ ਕੀ ਚਾਹੀਦਾ ਹੈ, ਜਦੋਂ ਕੋਈ ਵੀ ਮੀਟਿੰਗ ਹੁੰਦੀ ਹੈ ਤਾਂ ਪੰਜਾਬ ਸਰਕਾਰ ਉੱਥੇ ਨਹੀਂ ਪਹੁੰਚਦੀ। ਕਿਉਂ? ਕਿਉਂਕਿ ਕੇਜਰੀਵਾਲ ਜੇਲ੍ਹ ਵਿੱਚ ਹੈ, ਕੇਜਰੀਵਾਲ ਜੇਲ੍ਹ ਵਿੱਚ ਹੈ ਤਾਂ ਬਾਕੀ ਜਨਤਾ ਦੇ ਹੱਕਾਂ ਨੂੰ ਮਾਰਨਾ ਹੈ, ਕਿਹਾ ਰਵਨੀਤ ਬਿੱਟੂ ਨੇ। ਪੰਜਾਬ ਸਰਕਾਰ ਵੱਲੋਂ ਕਿਸੇ ਵੀ ਮੰਤਰੀ ਨਾਲ ਬਜਟ ਤੋਂ ਪਹਿਲਾਂ ਮੀਟਿੰਗ ਨਹੀਂ ਕੀਤੀ ਗਈ। ਜੇਕਰ ਉਹ ਕੇਂਦਰ ਸਰਕਾਰ ਨਾਲ ਕੋਈ ਵੀ ਗੱਲ ਨਹੀਂ ਕਰਨਗੇ ਤਾਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਕੀ ਪਤਾ ਲੱਗੇਗਾ? ਮਾਨ ਸਰਕਾਰ ਕੇਂਦਰ ਸਰਕਾਰ ਅੱਗੇ ਪੰਜਾਬ ਦੇ ਮੁੱਦੇ ਸਹੀ ਢੰਗ ਨਾਲ ਨਹੀਂ ਰੱਖ ਰਹੇ, ਕਿਹਾ ਰਵਨੀਤ ਬਿੱਟੂ ਨੇ। ਇੱਕ ਗੱਲ ਤਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਵੀ ਜਿਵੇਂ 1,00,000 ਤਕਰੀਬਨ 50,000 ਕਰੋੜ ਰੁਪਈਆ ਤਾਂ ਜਿਹੜਾ ਇਹ ਉਹ ਖੇਤੀ ਲਈ ਜਿਹੜਾ ਦੇਸ਼ ਲਈ ਦਿੱਤਾ, ਜਿਹੜੇ ਕਹਿੰਦੇ ਆ ਨਾ ਦਿੱਤਾ ਨਹੀਂ, ਉਹ ਮੈਂ ਜਾ ਕੇ ਅਜੇ ਪ੍ਰੈਸ ਕਾਨਫਰੰਸ ਉਹਦੇ ਬਾਰੇ ਅੱਜ ਪਟਿਆਲੇ ਰੱਖੀ ਆ। ਪਰ ਇੱਕ ਬਦਕਿਸਮਤੀ ਦੀ ਗੱਲ ਇਹ ਆ ਜਿਹੜੀ ਪੰਜਾਬ ਨਾਲ ਜੁੜੀ ਹੋਈ ਆ ਵੀ ਸਾਡੀ ਸਰਕਾਰ ਕਿਸੇ ਵੀ ਮੀਟਿੰਗ 'ਚ, ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਕਿਸੇ ਵੀ ਮੀਟਿੰਗ ਦੇ ਵਿੱਚ ਉਹ ਕਿਸੇ ਮੰਤਰੀ ਕੈਬਨਿਟ ਦੇ ਨਾਲ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜਾਂ ਫਾਈਨਾਂਸ ਮਿਨਿਸਟਰ ਨਾਲ ਇੱਕ ਵੀ ਮੀਟਿੰਗ ਉਹਨਾਂ ਨੇ ਬਜਟ ਤੋਂ ਪਹਿਲਾਂ ਨਹੀਂ ਕੀਤੀ। ਹੁਣ ਬਜਟ ਆਉਣ ਤੋਂ ਬਾਅਦ ਨੀਤੀ ਆਯੋਗ ਦੀ ਮੀਟਿੰਗ ਸੀ, ਮੈਂ ਔਨ ਰਿਕਾਰਡ ਕਿਹਾ ਸੀ ਵੀ ਸਾਡੇ ਮੁੱਖ ਮੰਤਰੀ ਨੂੰ ਪੰਜਾਬ ਦੇ ਨੂੰ ਉੱਥੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਦੂਜੀ ਬਦਕਿਸਮਤੀ ਉਹ ਮੀਟਿੰਗ ਦਾ ਬਾਈਕਾਟ ਕਰ ਗਈ। ਹੁਣ ਮੈਨੂੰ ਇਹ ਦੱਸੋ ਵੀ ਕੌਣ ਦੱਸੂਗਾ ਉੱਥੇ ਜਾ ਕੇ ਵੀ ਪੰਜਾਬ ਲਈ ਕਿਹੜੀਆਂ ਨਵੀਆਂ ਸਕੀਮਾਂ ਚਾਹੀਦੀਆਂ, ਕਿਹੜੀ ਕਿਹੜੀ ਚੀਜ਼ ਲਈ ਸਾਨੂੰ ਪੈਸਾ ਚਾਹੀਦਾ, ਇਹ ਤਾਂ ਦੱਸਣਾ ਪਊ। ਉਹ ਉਹਨਾਂ ਨੂੰ ਆਪਣੇ ਆਪ ਸੁਪਨੇ ਆਉਂਦੇ ਆ, ਉਹ ਜਿਹੜਾ ਸਾਰੀਆਂ ਸਕੀਮਾਂ ਲਈ ਟੋਟਲ ਹੈੱਡ 'ਚ ਪੈਸਾ ਉਹ ਤਾਂ ਆਜੂਗਾ, ਪਰ ਪੰਜਾਬ ਦੂਜੇ ਸੂਬਿਆਂ ਨਾਲੋਂ ਅਲੱਗ ਆ, ਪੰਜਾਬ ਇੱਕ ਬਾਰਡਰ ਸਟੇਟ ਆ। ਤੁਸੀਂ ਬਾਰਡਰ ਜ਼ਿਲ੍ਹਿਆਂ ਲਈ ਕੀ ਚਾਹੁੰਦੇ ਹੋ? ਤੁਸੀਂ ਜਿੱਥੇ ਸਾਡੇ ਇਸ ਵੇਲੇ ਮਾਲਵੇ ਦੇ ਇਲਾਕੇ ਆ ਉੱਥੇ ਕੀ ਚਾਹੁੰਦੇ ਹੋ? ਕੀ ਤੁਸੀਂ ਉੱਥੇ ਫਸਲ ਦੀ ਵਿਭਿੰਨਤਾ ਕਰਨਾ ਚਾਹੁੰਦੇ ਹੋ? ਕੋਈ ਤਾਂ ਜਾ ਕੇ ਦੱਸੋਗੇ, ਚੁੱਪ ਕਰਕੇ ਇਹ ਗੱਲ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਬਾਈਕਾਟ ਕੀਤਾ, ਅਸੀਂ ਨਹੀਂ ਜਾਣਾ ਮੀਟਿੰਗ 'ਚ। ਹੁਣ ਮੈਨੂੰ ਦੱਸੋ ਫਿਰ ਇਹ ਸਰਕਾਰ ਬਣਾਈ ਕਿਹੜੀ ਕਾਹਦੇ ਲਈ? ਆਪਣੇ ਕੋਲ ਧੇਲਾ ਨਹੀਂ ਗਾ, ਆਪਣੇ ਕੋਲ ਸਰਕਾਰ ਪੰਜਾਬ ਦੇ ਕੋਲ, ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਇਹ ਲਿਖ ਲਿਖ ਥੱਕ ਗਏ ਹੋ ਵੀ ਕਰਜ਼ੇ 'ਚ ਡੁੱਬੀ ਹੋਈ ਆ। ਹੁਣ ਪੈਸਾ ਆਪਾਂ ਹੋਰ ਕਿੱਥੋਂ ਸੈਂਟਰ ਤੋਂ ਹੀ ਲਵਾਂਗੇ, ਅਤੇ ਸੈਂਟਰ ਦੇ ਕੋਲ ਆਪਾਂ ਜਾਣਾ ਨਹੀਂ ਗਾ ਕਿਉਂਕਿ ਕੇਜਰੀਵਾਲ ਜੇਲ੍ਹ 'ਚ ਆ। ਵੀ ਕੇਜਰੀਵਾਲ ਜੇਲ੍ਹ 'ਚ ਆ ਤਾਂ ਸਾਰਾ ਪੰਜਾਬ ਥੋੜ੍ਹੀ ਤੁਸੀਂ ਮਰਾ ਦੇਣਾ। ਇਸ ਕਰਕੇ ਇਹ ਬੜੀ ਇੱਕ ਗੰਭੀਰ ਚਿੰਤਾ ਦੀ ਗੱਲ ਆ। ਇਹ ਗੱਲ ਲੋਕਾਂ ਨੂੰ ਵੀ, ਸਾਰਿਆਂ ਨੂੰ, ਇਹਨਾਂ ਦੀ ਪਾਰਟੀ 'ਤੇ ਵੀ ਪ੍ਰੈਸ਼ਰ ਪਾਉਣਾ ਚਾਹੀਦਾ। ਬਾਕੀ ਸੂਬੇ ਆਪਾਂ ਕਹਿ ਤਾਂ ਦਿੰਦੇ ਹਾਂ, ਬਿਹਾਰ ਲੈ ਗਿਆ ਜੀ, ਆਂਧਰਾ ਲੈ ਗਿਆ ਜੀ, ਹਜੇ ਕਿ ਬਜਟ ਸਾਰੇ ਦੇਸ਼ ਦਾ, ਕੋਈ ਆਂਧਰਾ ਬਿਹਾਰ ਦਾ ਨਹੀਂ ਗਾ। ਪਰ ਜੇ ਅਸੀਂ ਜਾਵਾਂਗੇ ਨਹੀਂ, ਅਸੀਂ ਕੋਈ ਉੱਥੇ ਪ੍ਰੋਜੈਕਟ ਬਾਰੇ ਕੋਈ ਗੱਲ ਹੀ ਨਹੀਂ ਰੱਖਾਂਗੇ,
ਤਾਂ ਫਿਰ ਸਾਨੂੰ ਪੈਸਾ ਮਿਲੂਗਾ ਕਿਵੇਂ? ਮੇਰੀ ਇਹ ਗੱਲ ਸਮਝ ਨਹੀਂ ਆਈ। ਇਹ ਮੈਂ ਤੁਹਾਡੇ ਰਾਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਉਹਨਾਂ ਦੇ ਮੰਤਰੀਆਂ ਨੂੰ, ਉਹਨਾਂ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ, ਭਾਈ ਕੀ ਤਰੀਕਾ ਹੈ ਤੁਹਾਡੇ ਕੋਲ? ਫੰਡ ਕਿੱਥੋਂ ਆਉਣਗੇ? ਕਿਉਂ ਪੰਜਾਬ ਨੂੰ ਤਬਾਹੀ ਦੇ ਰਾਹ 'ਤੇ ਤੁਸੀਂ ਤੋਰਿਆ?